ਆ ਦੋਸਤੋ ਇਹ ਗਜ਼ਲ ਮੈਂ ਆਪਣੇ ਬਹੁਤ ਪਿਆਰੇ ਵੱਡੇ ਵੀਰ ਸੁਰਗਵਾਸੀ ਭਾਈ ਨਰਿੰਦਰ ਸਿੰਘ ਮੁਕਸਰ ਉਹਨਾਂ ਨੂੰ ਡੈਡੀਕੇਟ ਕਰਦਾ ਕਿ ਦੀਨਾ ਕਾਂਗੜ ਵਿੱਚ ਬਹਿ ਲਿਖਿਆ ਐਸਾ ਕੀ ਪਰਵਾਨੇ ਤੇ ਔਰੰਗਜ਼ੇਬ ਤੜਫਿਆ ਪੜ ਕੇ ਲੱਗਿਆ ਤੀਰ ਨਿਸ਼ਾਨੇ ਤੇ ਖਿਦਰਾਣੇ ਦੀ ਢਾਬ ਨੂੰ ਜਾਂਦਾ ਮਾਰਗ ਅੱਜ ਕਿਉਂ ਖਾਲੀ ਹੈ ਪੁੱਤਰ ਧੀਆਂ ਪੜਦੇ ਕਿਉਂ ਨਹੀਂ ਕੀ ਲਿਖਿਆ ਅਫਸਾਨੇ ਤੇ ਵੇਲ ਧਰਮ ਦੇ ਸੂਹੇ ਪੱਤੇ ਸੁੱਕਦੇ ਜਾਂਦੇ ਬਿਰਖ ਕਿਉਂ ਅਮਰ ਵੇਲ ਕਿਉਂ ਚੜਦੀ ਜਾਂਦੀ ਰੰਗ ਰਤਲੇ ਮਸਤਾਨੇ ਤੇ 40 ਸਿੰਘ ਤੇ ਮੁਕਤੀ ਪਾ ਗਏ ਬੇਦਾਵੇ ਤੇ ਲੀਕ ਫਿਰੀ ਰਣ ਭੂਮੀ ਵਿੱਚ ਜੋ ਨਾ ਪਹੁੰਚਾ ਗੁਜਰੀ ਕੀ دیਵਾਨੇ ਤੇ ਸ਼ਮਾਦਾਨ ਵਿੱਚ ਤੇਲ ਨਾ ਬੱਤੀ ਚਾਰ ਚਫੇਰ ਹਨੇਰ ਜਹ ਲਾਟ ਗਵਾਚੀ ਵੇਖੀ ਜਦ ਉਸ ਬੀਤੀ ਕੀ ਪਰਵਾਨੇ ਤੇ ਆਪ ਅਜੇ ਜੋ ਕਦਮ ਨਾ ਤੁਰਿਆ ਸਫਰ ਮਕਾਉਣਾ ਉਸਨੇ ਕੀ ਸ਼ੀਸ਼ੇ ਵਿੱਚ ਨਾ ਚਿਹਰਾ ਵੇਖੇ ਸ਼ਿਕਵਾ ਕਰੇ ਜ਼ਮਾਨੇ ਤੇ ਜ਼ੁਰਾ ਵਰਦਾ ਸੱਤੀ ਵੀ ਹੀ ਸਿਰਫ ਸੈਂਕੜਾ ਅੱਜ ਵੀ ਹੈ ਧਰਮ ਨਿਤਾਣਾ ਕਿਉਂ ਜਰੁਲਦਾ ਵਿਕਦਾ ਆਨੇ ਆਨੇ ਤੇ ਦੀਨਾ ਕਾਂਗੜ ਵਿੱਚ ਬਹਿ ਲਿਖਿਆ ਐਸਾ ਕੀ ਪਰਵਾਨੇ ਤੇ ਔਰੰਗਜ਼ੇਬ ਤੜਫਿਆ ਪੜ ਕੇ ਲੱਗਿਆ ਤੀਰ ਨਿਸ਼ਾਨੇ ਤੇ ਖਿਦਰਾਣੇ ਦੀ ਢਾਬ ਨੂੰ ਜਾਂਦਾ ਮਾਰਗ ਅੱਜ ਕਿਉਂ ਖਾਲੀ ਹੈ ਪੁੱਤਰ ਧੀਆ ਪੜਦੇ ਕਿਉਂ ਨਹੀਂ ਕੀ ਲਿਖਿਆ ਅਫਸਾਨੇ ਤੇ ਆਪ ਜਦੋਂ ਕਦਮ ਨਾ ਤੁਰਿਆ ਸਫ਼ਰ ਮਕਾਉਣਾ ਉਸਨੇ ਕੀ ਸ਼ੀਸ਼ੇ ਵਿੱਚ ਨਾ ਚਿਹਰਾ ਵੇਖੇ ਸ਼ਿਕਵਾ ਕਰੇ ਜ਼ਮਾਨੇ ਤੇ ਸ਼ਿਕਵਾ ਕਰੇ ਜ਼ਮਾਨੇ ਤੇ